ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ, ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕਰੰਸੀ 'ਚ ਮਾਪਿਆਂ ਤੋਂ ਲਿਆ ਨਹੀਂ ਜਾ ਸਕਦਾ। ਮੈਂ ਅੱਜ ਪਹਿਲਾਂ ਮੋਗੇ ਜਾਊਂਗਾ, ਵਲੰਟੀਅਰ ਮੀਟਿੰਗ ਹੈ, ਫਿਰ ਉਸ ਤੋਂ ਬਾਅਦ ਜਲੰਧਰ ਵਲੰਟੀਅਰ ਮੀਟਿੰਗ ਹੈ। ਰਸਤੇ 'ਚ ਤੁਸੀਂ ਫੜਕੇ ਇੰਨਾ ਪਿਆਰ ਦੇ ਰਹੇ ਹੋ, ਇਹ ਮੈਂ ਤਾਂ ਸੋਚਿਆ ਨਹੀਂ ਸੀ। ਪਰ ਜਦੋਂ ਵੀ ਇੱਥੋਂ ਦੀ ਲੰਘੇ ਆ, ਭਾਵੇਂ ਜਦੋਂ ਪਿਛਲੀ ਵਾਰ ਪ੍ਰਚਾਰ ਕਰਨ ਵੇਲੇ ਰਾਤ ਨੂੰ ਆਤਿਸ਼ਬਾਜ਼ੀ ਚਲਾਈ ਸੀ, ਰਸਤੇ 'ਚ ਵੀ ਮਾਵਾਂ ਭੈਣਾਂ ਸਾਗ ਲੈ ਕੇ, ਦੁੱਧ ਗਲਾਸ ਲੈ ਕੇ ਖੜੀਆਂ ਸੀ। ਸੋ ਮੋਰਿੰਡੇ ਵਾਲਿਓ, ਤੁਹਾਡੇ ਪਿਆਰ 'ਤੇ ਤਾਂ ਕੋਈ ਕਿੰਤੂ ਪ੍ਰੰਤੂ ਹੈ ਹੀ ਨਹੀਂ। ਤੂੰ ਇੱਕ ਵਾਰੀ ਫਿਰ ਹੁਣ ਮੌਕਾ ਇਹ ਆ ਗਿਆ ਕਿ ਜਿਹੜੇ ਥੋੜ੍ਹਾ ਬਹੁਤ ਸਹਿਕਦੇ ਜੇ ਨੇ ਉਹਨਾਂ ਦਾ, ਉਹਨਾਂ ਨੂੰ ਹੁਣ ਦੱਸ ਦਿਓ ਕਿ ਪੰਜਾਬ ਹੁਣ ਆਮ ਲੋਕਾਂ ਦੇ ਹੱਥਾਂ 'ਚ ਆ ਗਿਆ ਔਰ ਤੁਹਾਡੇ ਨਾਲ ਆ। ਉਸ ਸਾਲਾਂ ਦੇ ਵਿੱਚ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ, ਪਰ ਮੈਂ ਆਪਦੇ ਕੰਮ ਤਾਂ ਤੁਸੀਂ ਦੱਸ ਸਕਦੇ ਹੋ ਨਾ। 2 ਸਾਲਾਂ ਦੇ ਵਿੱਚ ਬਿਜਲੀ ਦੇ ਬਿੱਲ 90% ਘਰਾਂ ਨੂੰ ਜ਼ੀਰੋ ਆਉਂਦੇ ਆ, 47,000 ਸਰਕਾਰੀ ਨੌਕਰੀਆਂ ਮਿਲ ਗਈਆਂ। ਤੁਹਾਡੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਜਿਹਨਾਂ ਨੂੰ ਨੌਕਰੀ ਮਿਲੀ ਹੋਣਗੀ, ਬਿਨਾਂ ਸਿਫਾਰਿਸ਼ ਤੋਂ, ਬਿਨਾਂ ਕਿਸੇ ਪੈਸੇ ਤੋਂ। ਪਾ ਦਾਂਗੇ ਬਾਈ ਐਤਕੀ ਭੋਗ, ਪਾ ਦਾਂਗੇ ਉਹਨਾਂ ਦਾ। ਬਿਜਲੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਆਉਂਦੀ ਹੈ, ਬਲਕਿ ਮੈਂ ਇਹ ਸੋਚਿਆ ਹੋਇਆ ਕਿ ਹਰੇਕ ਦਫ਼ਤਰ ਦਾ ਟਾਈਮ ਦਿਨ ਦਾ ਹੁੰਦਾ, 9 ਵਜੇ ਤੋਂ ਲੈ ਕੇ 5 ਵਜੇ ਤੱਕ ਦਾ। ਜ਼ਿਆਦਾਤਰ 98% ਦਫ਼ਤਰਾਂ ਦਾ ਟਾਈਮ ਦਿਨ ਦਾ, ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨਹੀਂ, ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ, ਨਾ ਪਹਿਲਾਂ ਸੌਂ ਸਕਦਾ ਨਾ ਬਾਅਦ 'ਚ। ਸੋ ਅਸੀਂ ਫੈਸਲਾ ਕੀਤਾ ਕਿ ਬਿਜਲੀ ਦਿਓ ਹੀ ਦਿਨੇ ਕਿਸਾਨ ਨੂੰ, ਰਾਤ ਨੂੰ ਖੇਤਾਂ 'ਚ ਸੱਪਾਂ ਦੀਆਂ ਸਿਰੀਆਂ ਕਿਉਂ ਮਿਧਣੀਆਂ ਪੈਣ। ਮੈਨੂੰ ਬਹੁਤ ਸਾਰੇ ਕਿਸਾਨ ਬਜ਼ੁਰਗ ਮਿਲੇ, ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਹੈ ਕਿ ਬਿਜਲੀ ਆਉਂਦੀ ਆਉਂਦੀ ਹੈ, ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਣਕ ਪੱਕ ਗਈ, ਪੂਰੀ ਕਣਕ, ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਅਸੀਂ ਕਦੇ ਪਰਿਵਾਰ ਨਾਲ। 24 ਘੰਟੇ ਆਉਂਦੀ ਰਹੀ, ਹੁਣ ਵੀ ਚੱਲ ਰਹੀ ਹੈ ਜੀ। ਨਾਲ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ, ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ, ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਿਲਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ, ਉਹ ਤੁਹਾਡੇ ਘਰਾਂ 'ਚ ਪਹੁੰਚਣ ਲੱਗ ਗਿਆ, ਉਹ ਤੁਹਾਡੇ ਘਰਾਂ 'ਚ ਪਹੁੰਚ, ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਤੀ ਕਿ ਕਿੰਨੇ ਵਜੇ ਤੁਹਾਡੇ ਤੋਂ ਕੋਈ ਸਰਟੀਫਿਕੇਟ ਬਣਾਉਣਾ, ਤੁਸੀਂ ਕਾਗਜ਼ ਪੱਤਰ ਲੈਣੇ ਨੇ ਆਊਗਾ। ਇੱਕ ਚਿੱਪ ਵਾਲੇ ਮੀਟਰ ਵਾਲੇ ਘੁੰਮਦੇ ਫਿਰਦੇ ਆ ਜੀ। ਹਾਂਜੀ, ਉਹ ਨਹੀਂ ਕੋਈ ਇੱਦਾਂ ਦਾ ਕੰਮ ਨਹੀਂ ਹੋਊਗਾ, ਕੋਈ ਇੱਦਾਂ ਦੀ ਫਾਈਲ ਰੋਪੜ ਦਾ ਲੋਕਾਂ ਦੀ ਜੇਬ 'ਤੇ ਕੋਈ ਭਾਰ ਪੈਂਦਾ ਹੋਵੇ, ਉਹਨਾਂ ਬਾਰੇ ਐਨਓਸੀ ਬਾਰੇ ਕਰੋ ਜੀ। ਫਾਈਲ ਮੈਂ ਕੋਈ ਛੱਡਦਾ ਨਹੀਂ,
ਜਿਹਦੇ ਨਾਲ ਲੀਡਰਾਂ ਦੀ ਜੇਬ ਚੋਂ ਜਿਹੜਾ ਥੋੜਾ ਲੁੱਟਿਆ ਹੋਇਆ ਪੈਸਾ ਕੱਸੀਆਂ ਦਾ ਪਾਣੀ ਉਹ ਪੁਰਾਣੀਆਂ 25-25 ਸਾਲ 30-30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਰਜਵਾਹੇ ਬੰਦ ਹੋ ਗਏ ਸੀ, ਆਪਾਂ ਨੇ ਦੁਬਾਰਾ ਚਾਲੂ ਕਰਤੇ, ਅੱਜ ਟਿਊਬਵੈਲ ਜਿਹੜੇ ਨੇ ਉਹ ਘੱਟ ਚੱਲਦੇ ਨੇ, ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ, ਹਰ ਰੋਜ਼ 12-13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ ਹਰ ਰੋਜ਼ ਐਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਆਮ ਕਰ ਦੇਣਾ ਪੰਜਾਬ 'ਚ, ਜੋ ਟਿਊਬਵੈਲ ਖੜ੍ਹ ਗਏ 14.5 ਲੱਖ ਟਿਊਬਵੈਲ ਹੈ ਪੰਜਾਬ 'ਚ, ਤਾਂ ਥੱਲੋਂ ਧਰਤੀ 'ਚੋਂ ਪਾਣੀ ਵੀ ਬਚੂ ਅਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੱਤ, ਉਹਦੇ 'ਤੇ ਵੀ ਥੋੜ੍ਹਾ ਜਿਹਾ ਪਹਿਰਾ ਦੇਵਾਂਗੇ ਅਤੇ ਨਾਲ ਬਿਜਲੀ ਵੀ ਬਚੂਗੀ ਅਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ, ਉਹ 'ਚ ਮਿਨਰਲ ਆਉਂਦੇ ਨੇ, ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ। ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲ ਹੀ ਜਾਓ, ਪਰ ਹਾਂ ਜਿਨ੍ਹਾਂ ਨੇ ਖਾਧਾ ਉਹਨਾਂ ਦਾ ਮੈਂ ਕਹਿ ਪੈਸਾ ਵੀ ਨਹੀਂ ਛੱਡਦਾ, ਔਰ ਜਨਤਾ ਦਾ ਖਾਧਾ ਪੈਸਾ ਵਾਪਸ ਲਿਆ ਕੇ ਜਨਤਾ ਦਾ ਖਾਧਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ। ਆਮ ਆਦਮੀ ਕਲੀਨਿਕ ਖੋਲ੍ਹਾਂਗੇ, ਸਕੂਲ ਸ਼ਾਨਦਾਰ ਹੋ ਗਏ, ਹਸਪਤਾਲ 'ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਉਹ ਅੰਦਰੋਂ ਮਿਲਣਗੀਆਂ, ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ, ਮਰੀਜ਼ ਨਹੀਂ ਜਾਊਗਾ ਬਾਹਰ। ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ, ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ, ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ, ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ? ਉਹਨਾਂ ਦੇ ਨਾਲ ਖੜਾਂਗੇ ਚਟਾਨ ਵਾਂਗੂ। ਇਹ ਮੌਕਾ ਇਹ ਟਾਈਮ ਹੈ ਜੀ, ਸੰਕਟ ਦਾ ਸਮਾਂ ਵਫਾਦਾਰੀਆਂ ਪਰਖ ਦਿੰਦਾ, ਤੁਸੀਂ ਇੰਨੀ ਭਾਰੀ ਗਿਣਤੀ 'ਚ ਨਾਲ ਖੜੇ ਹੋ। ਹੋਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿੱਚ ਪਹਿਲਾ ਭਾਸ਼ਣ ਇੱਥੋਂ ਸ਼ੁਰੂ ਕੀਤਾ ਹੈ ਚੌਹਾਨ ਸਾਹਿਬ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ, ਤਾਂ ਉਹੀ ਤੁਸੀਂ ਮੈਨੂੰ ਹੱਥ ਦੇ ਕੇ ਰੋਕ ਲਓ, ਬਕਾਇਦਾ ਪ੍ਰੋਗਰਾਮ ਬਣਾਵਾਂਗੇ, ਕੋਈ ਨਾ ਧੱਕਾ ਕਰ ਸਕਦੇ, ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ। ਆਪਣਾ ਕੋਈ ਸਮੱਸਿਆਵਾਂ ਸੁਝਾਅ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ, ਮੈਨੂੰ ਫੜਾ ਦਿਓ, ਅਤੇ ਕਿਉਂਕਿ ਜਦੋਂ 13-13 ਆ ਗਈਆਂ ਨਾ, ਉਹਦੇ ਨਾਲ ਸ਼ਕਤੀ ਇੰਨੀ ਬਚੂਗੀ ਕਿ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਦਾ ਨਹੀਂ ਰੱਖ ਸਕੇ। ਇਕੱਲਾ ਇਹੀ ਨਹੀਂ, 3-4 ਸ਼ੂਗਰ ਮਿੱਲਾਂ ਨੇ ਜਿਹੜੀਆਂ ਵੱਡੇ ਧਨਾੜ ਬੰਦਿਆਂ ਦੀਆਂ ਨੇ, ਉਹਨਾਂ ਨੇ ਗੰਨਾ ਭਿਜਵਾ ਲਿਆ ਪੈਸੇ ਨਹੀਂ ਦਿੱਤੇ, ਅਸੀਂ ਹੁਣ ਇਸੇ ਗੱਲ 'ਤੇ ਮੇਰੇ ਕੋਲ ਧੂਰੀ ਦੇ, ਠੀਕ ਹੈ ਨਾ, ਅਸੀਂ ਇਹੀ ਕਰ ਰਹੇ, ਫਗਵਾੜੇ ਵਾਲੇ ਦਾ ਹੱਲ ਹੋ ਗਿਆ, ਅਸੀਂ ਇਹੀ ਕਰ ਰਹੇ ਹਾਂ ਕਿ ਗੰਨੇ ਦਾ ਜਿਹੜਾ ਕਿਸਾਨ ਹੈ ਉਹਨੂੰ ਗੰਨੇ ਦੀ ਜਿਹੜੀ ਪੇਮੈਂਟ ਹੈ, ਜਿਵੇਂ ਰੂਲ ਹੈ 14 ਦਿਨਾਂ ਦਾ, 14 ਦਿਨਾਂ 'ਚ ਪੇਮੈਂਟ ਹੋਣੀ ਚਾਹੀਦੀ ਹੈ, 14 ਛੱਡੋ ਜੀ ਮਤਲਬ 2-2 ਸਾਲ ਤੱਕ ਮਤਲਬ ਧਰਨੇ ਦੇ ਕੇ ਆਪਣੀ ਫਸਲ ਦੇ ਪੈਸੇ ਲੈਣੇ ਪੈ ਰਹੇ। ਇਸ ਗੱਲ ਦਾ ਮੈਨੂੰ ਪਤਾ, ਇਹ ਪੁਰਾਣੀਆਂ ਇਹਨਾਂ ਦੀਆਂ ਗਲਤੀਆਂ ਨੇ ਉਹ ਵੀ ਸੁਧਾਰਾਂਗੇ। ਦੇਖੋ ਇੱਕ ਘਰ ਜਿਹੜਾ ਹੈ ਉਹ ਜੇ ਕਰਜ਼ਈ ਹੋਇਆ ਹੋਇਆ ਹੈ, ਠੀਕ ਹੈ ਨਾ, ਉਹ 'ਚ ਡਿਸਿਪਲਨ ਨਹੀਂ ਹੈਗਾ, ਅਤੇ ਜਦੋਂ ਨਵਾਂ ਲਾਣੇਦਾਰ ਕੋਈ ਆਇਆ ਤਾਂ ਉਹ ਪਹਿਲਾਂ ਉਸ ਘਰ 'ਚ ਡਿਸਿਪਲਨ ਲੈ ਕੇ ਆਊ, ਫਿਰ ਕਰਜ਼ਾ ਵੀ ਲਾਹਾਂਗੇ,
ਫਿਰ ਕਮਾਊ ਕਮਾਊ ਘਰ ਵੀ ਬਣਾਵਾਂਗੇ ਆਪਾਂ। ਇਸ ਵਾਰ ਤੁਸੀਂ ਦੇਖ ਲਓ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ, ਨਹੀਂ ਤਾਂ ਵੇਚਦੇ ਨੇ, ਸਰਕਾਰ ਵੇਚ ਦਿੰਦੀ ਹੈ, ਠੀਕ ਹੈ ਨਾ। ਆਹ ਤੁਹਾਡੇ ਨਹਿਰਾਂ ਵਾਲੇ ਰੈਸਟ ਹਾਊਸ ਸਾਰੇ ਵੇਚਦੇ, ਆਪਣੇ ਦੋਸਤਾਂ ਨੂੰ ਵੇਚਦੇ। ਅਸੀਂ ਕਿਹਾ ਵੀ ਖਰੀਦਾਂਗੇ, ਕੋਲਾ ਆਪਣੇ ਕੋਲ ਆਮ ਹੋ ਗਿਆ, ਆਪਾਂ ਕੋਲੇ ਦੀ ਖਾਣ ਚਲਾ ਲਈ। ਐਡੀ ਵੱਡੀ ਲਿਸਟ ਪਈ ਹੈ ਕੰਮਾਂ ਦੀ, ਲਿਖਵਾ ਕੇ ਲੋਕਾਂ ਕੋਲ ਜਾਇਓ, ਕਿਸੇ ਨੂੰ ਮੰਦਾ ਨਹੀਂ ਬੋਲਣਾ, ਫੇਸਬੁੱਕ 'ਤੇ ਜਾਂ ਕਿਸੇ ਹੋਰ ਵਟਸਐਪ 'ਤੇ ਕਿਸੇ ਨੂੰ ਕੋਈ ਗਾਲ ਨਹੀਂ ਕੱਢਣੀ। ਆਪਦਾ ਕੰਮ ਦੱਸ ਦਿਉ ਕਿ ਭਾਈ ਇਸ ਤਰ੍ਹਾਂ ਹੀ ਕੀਤਾ, ਤੁਸੀਂ ਦੱਸ ਦਿਉ ਆਪਦਾ, ਲੋਕ ਆਪੇ ਫੈਸਲਾ ਕਰ ਦੇਣਗੇ। ਕਿਉਂਕਿ ਲੋਕ ਜਦੋਂ ਚਾਹੁਣ ਬੰਦਾ ਅਰਸ਼ 'ਤੇ, ਲੋਕ ਜਦੋਂ ਚਾਹੁਣ ਬੰਦਾ ਦੋਨੋਂ ਹੱਥ ਉੱਪਰ ਚੱਕ ਕੇ।